ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਕਿੱਦਾਂ ਹਾਲ ਚਾਲ ਜੀ ਤੁਹਾਡੇ ਸਾਰਿਆਂ ਦੇ ਉਮੀਦ ਕਰਨੇ ਆ ਵਧੀਆ ਹੋਵੋਗੇ ਲੈਂਦੇ ਪੰਜਾਬ ਤੋਂ ਮੈਂ ਸਜਾਦ ਮੈਂ ਅਮਰੀਨ ਤੇ ਮੈਂ ਹਸਨੀ ਤੇ ਵੀਰੋ ਅੱਜ ਜਿਹੜਾ ਵੀਡੀਓ ਅਸੀਂ ਲੈ ਕੇ ਆਏ ਆ ਨਾ ਉਹ ਜੀ ਆਪਣੀ ਸਪੀਚ ਹੈ ਰਿਮਿਕਸ ਸਪੀਚ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਇਹ ਸਾਨੂੰ ਘੱਲੀ ਗਈ ਹੈ ਜੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਸਾਨੂੰ ਇੰਸਟਾਗ੍ਰਾਮ 'ਤੇ ਰਿਕੁਐਸਟ ਕੀਤੀ ਸੀ ਕਿ ਵੀਰ ਜੀ ਇਹਦੇ ਉੱਤੇ ਰਿਐਕਸ਼ਨ ਦੇਵੋ ਅਤੇ ਬਾਕੀ ਸੁਣੀਏ ਇਹਦੇ ਵਿੱਚ ਉਹਨਾਂ ਇਹ ਵੀ ਲਿਖਿਆ ਕਿ ਕੁਐਸਚਨ ਜਿਹੜੇ ਨੇ ਨਾ ਸੰਤ ਜੀ ਨੇ ਇੰਦਰਾ ਗਾਂਧੀ ਨੂੰ ਕੀਤੇ ਸੀ ਇਹ ਵਾਲੇ ਅਤੇ ਉਹਦੇ ਉੱਤੇ ਤੁਸੀਂ ਜਿਹੜਾ ਨਾ ਆਪਣਾ ਰਿਐਕਸ਼ਨ ਲਾਜ਼ਮੀ ਦਿਓ ਅਤੇ ਤੁਹਾਨੂੰ ਵੀ ਚੰਗੇ ਲੱਗਣਗੇ ਅਤੇ ਜਿਹੜੇ ਸਾਡੀ ਆਡੀਅੰਸ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਵਧੀਆ ਲੱਗੇਗਾ ਨਾਲੇ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਕੀ ਜਿਹੜੇ ਕੁਐਸਚਨ ਨੇ ਉਹ ਕੀਤੇ ਸੀ ਵੇਖੀਏ ਫਿਰ ਹੁਣ ਤਾਂ ਵੇਖਣੇ ਬੰਦ ਚਲੋ ਫਿਰ ਸਟਾਰਟ ਕਰਦੇ ਹਾਂ ਲੋ ਫੜੋ ਉਹਨਾਂ ਨੇ ਕਿਹਾ ਕਿ ਸੰਤ ਜੀ ਤੂੰ ਕੋਈ ਫਾਰਮੂਲਾ ਨਹੀਂ ਲਿਖ ਕੇ ਦਿੰਦਾ ਜਿਹੜਾ ਤੇਰੇ ਸਵਾਲ ਹੈ ਅਤੇ ਤੇਰੇ ਬਾਰੇ ਅਖਬਾਰਾਂ ਦੇ ਰੂਪ ਦੁਆਰਾ ਸ਼ੰਕਾ ਪੈਦਾ ਕੀਤੀ ਜਾ ਰਹੀ ਹੈ ਗੌਰਮੈਂਟ ਦੀਆਂ ਗੱਲਾਂ ਕਹਿੰਦੀ ਹੈ ਮੈਂ ਸਮੁੱਚੇ ਤੌਰ 'ਤੇ ਸਾਰੀ ਸੰਤ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਬੀਬੀਆਂ ਅਤੇ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਮੇਰੇ 20 ਸਵਾਲ ਆ ਪਰ ਉਹ ਬਹੁਤੇ ਲੰਬੇ ਨਹੀਂ ਟੂਕ ਮਾਤਰ ਦੱਸਾਂਗਾ ਉਹਨਾਂ ਸਵਾਲਾਂ ਦਾ ਸੈਂਟਰ ਦੀ ਰਾਣੀ ਅਤੇ ਪੰਜਾਬ ਦਾ ਮੁੱਖ ਮੰਤਰੀ ਅਸਲੀਅਤ ਤੌਰ 'ਤੇ ਸੰਗਤ ਦੇ ਸਾਹਮਣੇ ਸਿੱਧ ਕਰਦੇ ਵਿੱਚ ਭਿੰਡਰਾਂ ਵਾਲਾ ਝੂਠ ਬੋਲਦਾ ਹਜ਼ੂਰ ਦੀ ਹਜ਼ੂਰੀ 'ਚ ਖੜੋ ਕੇ ਪਰਨ ਕਰਦਾ ਹਾਂ ਕਿ ਆਪਣਾ ਸੀਸ ਵੱਜ ਕੇ ਤੁਹਾਨੂੰ ਗੁਰੂ ਕਿਰਤੀਆਂ ਨੂੰ ਦੇ ਦਾਂਗੇ ਜਿੱਥੇ ਮਰਜ਼ੀ ਵਰਤ ਰਿਹਾ ਜੋ ਝੂਠਾ ਕਰ ਸਕਣ ਉਹਨਾਂ ਵਿੱਚ ਉਹ ਸਵਾਲ ਕਿਹੜੇ ਹੈ ਸਭ ਤੋਂ ਪਹਿਲਾ ਸਵਾਲ ਹੈ ਹੁਣ ਆਪਾਂ ਇੱਥੇ ਮੇਰੇ ਵੀਰ ਬੋਲੇ ਸੀ ਕੁਝ ਉਹ ਕਹਿੰਦੇ ਜੀ ਦੋ ਸੰਵਿਧਾਨ ਵਰਤੇ ਜਾ ਰਹੇ ਆ ਲਿਖਤੀ ਰੂਪ ਵਿੱਚ ਨਹੀਂ ਦੱਸਦੇ ਮੈਂ ਸੈਂਟਰ ਦੀ ਗੌਰਮੈਂਟ ਤੋਂ ਪੁੱਛਣਾ ਚਾਹੁੰਦਾ ਹਾਂ ਸਾਨੂੰ ਇੰਦਰਾ ਜਵਾਬ ਦੇਵੇ ਵੀ ਵਿਧਾਨ ਇੱਕ ਹੈ ਕਿ ਦੋ ਹੈ ਅਸੀਂ ਦੋ ਵਿਧਾਨ ਨਹੀਂ ਚਾਹੁੰਦੇ ਇੱਕ ਹੀ ਹਾਂ ਪਰ ਜੇ ਇੰਦਰਾ ਨੇ ਦੋ ਬਣਾ ਲਏ ਹੈ ਅਤੇ ਇੰਦਰਾ ਐਲਾਨ ਕਰੇ ਤਾਂ ਪੱਗਾਂ ਵਾਲੇ ਸੋਚਣ ਬੈਠ ਕੇ ਵੀ ਅਸੀਂ ਕਿਹੜਾ ਮੰਨਣਾ ਹੈ ਅਤੇ ਜੇ ਵਿਧਾਨ ਇੱਕ ਹੈ ਅਤੇ ਮੇਰੇ ਕੋਲ ਪ੍ਰਸ਼ਨ ਹੈ ਉਹ ਇੰਦਰਾ ਉੱਤਰ ਦੇ ਦੇਵੇ ਇੰਦਰਾ ਦੇ ਜੱਜ ਉੱਤਰ ਦੇ ਦੇਣ ਅਤੇ ਇੰਦਰਾ ਦੇ ਵਕੀਲ ਉੱਤਰ ਦੇ ਦੇਣ ਜਿਹੜੇ ਪੜ੍ਹੇ ਲਿਖੇ ਆਪਣਾ ਸਿਰਕ ਸਵਾਲ ਹੈ ਉਹ ਪ੍ਰਸ਼ਨ ਕਿਹੜੇ ਹੈ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੇ ਮੈਨੂੰ ਸਰਕਾਰ ਦੋਸ਼ੀ ਸਮਝਦੀ ਸੀ ਜਾਂ ਸਮਝਦੀ ਹੈ ਅਤੇ ਗੌਰਮੈਂਟ ਉੱਤਰ ਦੇਵੇ ਵੀ ਮੈਨੂੰ ਛੱਡਿਆ ਕਿਉਂ ਹੈ ਅਤੇ ਜੇ ਮੇਰੇ ਵਿੱਚ ਗੁਨਾਹ ਕੋਈ ਨਹੀਂ ਸੀ ਅਤੇ ਗੌਰਮੈਂਟ ਉੱਤਰ ਦੇਵੇ ਮੈਨੂੰ ਫੜਿਆ ਕਿਉਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਦੂਜਾ ਇਹ ਹੈ ਕਿ ਲਾਲਾ ਜਗਤ ਨਾਰਾਇਣ ਦੀ ਮੌਤ ਹੋ ਗਈ ਫੜਨ ਮੈਨੂੰ ਗਏ ਸੀ ਕਿ ਚੰਦੋਕਲਾ ਪਿੰਡ ਨੂੰ ਜੇ ਮੈਨੂੰ ਫੜਨ ਗਏ ਸੀ ਤਾਂ ਚੰਦੋਕਲਾ ਪਿੰਡ ਵਿੱਚੋਂ 3 ਲੱਖ ਦਾ ਮਾਲ ਕਿਹੜੇ ਕਾਨੂੰਨ ਦੇ ਅਧੀਨ ਲੁੱਟਿਆ ਹੈ ਉਹ ਕਹਿੰਦੇ ਪਿੰਡਾਂ ਵਾਲਾ ਜਿਹਨੇ ਉਹ ਕੂੜਾ ਆੜਾ ਨਹੀਂ ਪੜ੍ਹਨਾ ਹੁੰਦਾ ਅਸੀਂ BAMA ਅਤੇ PhD ਦੇ ਕੋਰਸ ਕੀਤੇ ਮੈਨੂੰ ਪੁੱਛਣਾ ਚਾਹੁੰਦਾ ਐਵੇਂ ਵਾਲੇ ਉੱਤਰ ਦੇ ਦੇਣ ਕਿਹੜੇ ਕਾਨੂੰਨ ਦੇ ਅਧੀਨ ਪਿੰਡ ਨੂੰ ਲੁੱਟਿਆ ਹੈ ਸਰਕਾਰ ਦੇਸ਼ ਦੀ ਰੱਖਿਆ ਵਾਸਤੇ ਆ ਕਿ ਜਨਤਾ ਨੂੰ ਲੁੱਟਣ ਵਾਸਤੇ ਹੈ ਜੇ ਰੱਖਿਆ ਵਾਸਤੇ ਆ ਤਾਂ ਦੱਸਣ ਜੇ ਲੁੱਟਣ ਵਾਸਤੇ ਤਾਂ ਐਲਾਨ ਕਰ ਫਿਰ ਅਸੀਂ ਸੋਚੀਏ ਲੁਟੇਰੇ ਨੂੰ ਹਟਾਉਣਾ ਕਿਵੇਂ ਹੈ ਵਰਾਂਤ ਮੇਰੇ ਜਾਰੀ ਹੋਏ ਕਿ ਬੱਸਾਂ ਦੇ ਜੇ ਮੇਰੇ ਵਰਾਂਤ ਜਾਰੀ ਹੋਏ ਹੈ ਆ ਗੁਰੂ ਕੀ ਕੌਮ ਦੀ ਇਕੱਤਰ ਕੀਤੀ ਹੋਈ ਪੂੰਜੀ ਬੱਸਾਂ ਦੇ ਰੂਪ ਵਿੱਚ ਕਿਹੜੇ ਕਾਨੂੰਨ ਦੇ ਅਧੀਨ ਸਾੜੀ ਹੈ ਬੱਸਾਂ ਕੋਈ ਚੱਲ ਨਹੀਂ ਸੀ ਰਹੀਆਂ ਖੜੀਆਂ ਬੱਸਾਂ ਨੂੰ ਅੱਗ ਲਾ ਕੇ ਸਾੜਿਆ ਵਰਾਂਤ ਮੇਰੇ ਜਾਰੀ ਹੋਏ ਕਿ ਗੁਰੂ ਗ੍ਰੰਥ ਸਾਹਿਬ ਦੇ ਜੇ ਮੇਰੇ ਵਰਾਂਤ ਜਾਰੀ ਹੋਏ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀਆਂ ਪਵਿੱਤਰ ਪੋਥੀਆਂ ਨੂੰ ਆ ਕੇ ਕਿਹੜੇ ਕਾਨੂੰਨ ਦੇ ਅਧੀਨ ਲਾਈ ਹੈ ਨੌਜਵਾਨ ਵਿਦਿਆਰਥੀਓ ਤੁਹਾਨੂੰ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਤੁਹਾਡਾ ਜਜ਼ਬਾ ਬਾਬਾ ਜੀ ਨੇ ਸਵੀਕਾਰ ਕੀਤਾ ਸੇਖ ਨਾਲ ਵੀ ਐਲਾਨ ਕਰ ਗਿਆ ਅਤੇ ਮੈਂ ਸ਼ਾਇਦ ਤੁਹਾਨੂੰ ਕਿਸੇ ਹੋਰ ਸਿੱਧੇ ਢੰਗ ਨਾਲ ਵੀ ਕਹਿ ਲਵਾਂ ਜਜ਼ਬਾ ਸਾਰਿਆਂ ਵਿੱਚ ਇੱਕੋ ਜਿਹਾ ਕੋਈ ਸੰਕੋਚ ਨਾ ਵਰਤਦਾ ਕੋਈ ਖੁੱਲ੍ਹੇ ਤੌਰ ਵਰਤੀ ਜਾਂਦਾ ਹੈ ਗੌਰਮੈਂਟ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਗੁਲਾਮ ਹਾਂ ਇਹ ਗੁਲਾਮੀ ਦੀਆਂ ਜ਼ੰਜੀਰਾਂ ਲਾਉਣੀਆਂ ਸ਼ਾਂਤਮਈ ਢੰਗ ਨਾਲ ਲੈਂਦੀਆਂ ਉਹ ਆਪਾਂ ਲਾਉਣ ਵਾਸਤੇ ਤੁਰੇ ਜਾ ਰਹੇ ਹਾਂ ਜੇ ਸ਼ਾਂਤਮਈ ਢੰਗ ਨਾਲ ਨਾ ਲੈਣਗੀਆਂ ਅਤੇ ਫਿਰ ਜਿਹੜਾ ਤੁਹਾਡੇ ਵਾਲਾ ਪ੍ਰਗਟਾਵਾ ਕਿਤੇ ਖੂਹ 'ਚ ਨਹੀਂ ਸੁੱਕਿਆ ਜਾਵੇਗਾ ਵਰਤਿਆ ਜਾਵੇਗਾ ਸਮੇਂ ਦੇ ਨਾਲ ਜ਼ਰੂਰ ਜਿਹੜੀ ਗੌਰਮੈਂਟ ਕਹਿੰਦੀ ਕਿ ਅਸੀਂ ਘੱਟ ਗਿਣਤੀਆਂ ਦੀ ਰਾਖੀ ਕਰਦੇ ਹਾਂ ਆਪਾਂ ਪੱਗਾਂ ਵਾਲੇ 2.25 ਕਰੋੜ ਹੈ ਇਹ ਟੋਪੀਆਂ ਵਾਲੇ 66 ਕਰੋੜ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਟੋਪੀ ਵਾਲਾ 80 ਸਾਲ ਦੀ ਉਮਰ ਦਾ ਲਾਲਾ ਜਗਤ ਨਾਰਾਇਣ ਕਿਸੇ ਨੇ ਮਾਰ ਦਿੱਤਾ ਉਹਦੀ ਇਨਕੁਆਇਰੀ 3 ਦਿਨਾਂ ਵਿੱਚ ਕਿਵੇਂ ਹੋਈ ਅਤੇ ਸਾਡਿਆ ਪੱਗਾਂ ਵਾਲੇ ਵੀਰ ਜਿੰਨਾ ਵੀ ਅੱਜ ਅਸੀਂ ਬਰਸੀ ਮਨਾ ਰਹੇ ਹਾਂ ਇਹ ਸਾਲ ਤੋਂ ਉੱਪਰ ਹੋ ਗਿਆ ਅੱਜ ਤੱਕ ਇਨਕੁਆਇਰੀ ਕਿਉਂ ਨਹੀਂ ਕੀਤੀ ਗੌਰਮੈਂਟ ਉੱਤਰ ਦੇ ਦੇਦਾ
ਬਹੁ ਗਿਣਤੀ ਵਿੱਚੋਂ ਟੋਪੀ ਵਾਲਿਆਂ ਦਾ 80 ਸਾਲ ਦਾ ਮਰਿਆ ਲਾਲਾ ਉਹਦੀ ਉਹਦਾ ਪੋਸਟਮਾਰਟਮ ਕਰਕੇ ਡਾਕਟਰੀ ਮੁਆਇਨਾ ਕਰਕੇ ਉਹਦੀ ਲਾਸ਼ ਉਹਦੇ ਪੁੱਤਰ ਰਮੇਸ਼ ਨੂੰ ਕਿਉਂ ਦਿੱਤੀ ਸਾਡਾ ਪੱਗਾਂ ਵੇ ਪੱਗਾਂ ਵਾਲੇ ਵੀਰਾਂ ਦੀ 1.5 ਦਰਜਨਾਂ ਲਾਸ਼ਾਂ ਇਹ ਉਹਨਾਂ ਦੇ ਮਾਪਿਆਂ ਨੂੰ ਕਿਉਂ ਨਹੀਂ ਦਿੱਤੀਆਂ ਦਿੱਤੀਆਂ ਕਿਹੜਾ ਕਾਨੂੰਨ ਹੈ ਇਹ ਉੱਤਰ ਦੇ ਸਕਦੀ ਗਵਰਨਮੈਂਟ ਤਾਂ ਦੇ ਦੇ ਰਹੇ ਸੰਤਾਂ ਦੀ ਅਤੇ ਜਿਹਦੀ ਸਾਨੂੰ ਰਿਕੁਐਸਟ ਕੀਤੀ ਗਈ ਸੀ ਇਹ ਉਹ ਸਪੀਚ ਹੈ ਜਿਹਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਜੀ ਨੂੰ ਜਿਹੜੇ ਨੇ ਮਤਲਬ ਇੰਦਰਾ ਗਾਂਧੀ ਨੂੰ ਉਹਨਾਂ ਨੇ ਸਵਾਲ ਕੀਤੇ ਸਨ ਸਾਰੇ ਅਤੇ ਬਾਕੀ ਇਹਦੇ ਉੱਤੇ ਵੀ ਸਾਨੂੰ ਕਾਫੀ ਰਿਕੁਐਸਟਾਂ ਆ ਰਹੀਆਂ ਸਨ ਕਿ ਤੁਸੀਂ ਇਹ ਵੀ ਦਿਓ ਇਸ ਤੋਂ ਇਲਾਵਾ ਵੀ ਤੁਸੀਂ ਇਹ ਵੇਖੋ ਕਿ ਇੰਨੇ ਫੇਮਸ ਨੇ ਉੱਥੇ ਮਤਲਬ ਇਹਨਾਂ ਦੀ ਇੰਨੀ ਜ਼ਿਆਦਾ ਰਿਸਪੈਕਟ ਕੀਤੀ ਜਾਂਦੀ ਹੈ ਕਿ ਹੁਣ ਵੀ ਸਾਨੂੰ ਅੱਜ 84 ਤੋਂ ਹੁਣ ਕਿੰਨੇ ਸਾਲ ਹੋ ਗਏ ਮਤਲਬ 16-84 ਤੋਂ ਪਾ ਲਓ ਅਤੇ 22 ਹੈ ਅਤੇ 38 ਸਾਲ ਹੋ ਗਏ ਨੇ ਮਤਲਬ ਅਤੇ 38 ਸਾਲਾਂ ਤੋਂ ਬਾਅਦ ਵੀ ਲੋਕ ਜਿਹੜੇ ਨੇ ਜਿਹੜੇ ਪੰਜਾਬੀ ਵੀਰ ਨੇ ਉੱਧਰ ਦੇ ਉਹ ਸਾਨੂੰ ਬਹੁਤੀਆਂ ਜਿਹੜੀਆਂ ਫਰਮਾਇਸ਼ਾਂ ਪਾਉਂਦੇ ਨੇ ਇਹਨਾਂ ਦੀਆਂ ਵੀਡੀਓ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਹਜੇ ਵੀ ਸੰਤ ਜਰਨੈਲ ਜਿੰਦਾ ਨੇ ਬਿਲਕੁਲ ਉਹ ਤਾਂ ਜਿੰਦਾ ਰਹਿਣਗੇ ਯਾਰ ਇੱਕ ਯੁੱਧਾ ਸੀ ਇੱਕ ਮਤਲਬ ਉਹ ਜਿਹੜੇ ਆਪਣੀ ਹੱਕ ਸੱਚ ਵਾਸਤੇ ਜਿਹੜੇ ਨੇ ਖਲੋਤੇ ਸਨ ਅਤੇ ਬਾਕੀ ਇਹ ਹੈ ਕਿ ਤੁਸੀਂ ਇਹ ਵੇਖੋ ਕਿ ਉਹਨਾਂ ਦੀ ਅੱਜ ਵੀ ਜਿਹੜੀ ਹੈ ਰਿਸਪੈਕਟ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਲੋਕਾਂ ਨੇ ਕਰਦੀਆਂ ਰਹਿਣਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਮੈਂ ਨਾ ਵੈਰੀ ਰੇਅਰ ਬਹੁਤ ਘੱਟ ਹੋਣਗੇ ਜਿਹੜੇ ਨੈਗੇਟਿਵ ਕਮੈਂਟਸ ਵਗੈਰਾ ਸਾਨੂੰ ਅਸੀਂ ਵੇਖਦੇ ਹਾਂ ਚੈਨਲ ਉੱਤੇ ਕੁਝ ਲੋਕ ਕਮੈਂਟ ਕਰਦੇ ਨੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬੀ ਨੇ ਜਿਹੜੇ ਕਮੈਂਟ ਕਰਦੇ ਨੇ ਉਹ ਮੈਨੂੰ ਪੰਜਾਬੀ ਨਹੀਂ ਲੱਗਦੇ ਪੰਜਾਬੀ ਨਹੀਂ ਹੋ ਸਕਦੇ ਉਹ ਹੋਰ ਹੋਣਗੇ ਬੰਦੇ ਮਤਲਬ ਪੰਜਾਬੀਆਂ ਵਾਸਤੇ ਤੇ ਇਹਨਾਂ ਨੇ ਪੰਜਾਬੀਆਂ ਵਾਸਤੇ ਤੇ ਇਹਨਾਂ ਨੇ ਆਪਣਾ ਖੂਨ ਪਸੀਨਾ ਇੱਕ ਕਰ ਦਿੱਤਾ ਘਰੋਂ ਨਿਕਲੇ ਹਰ ਜਗ੍ਹਾ 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 ਫਿਰੇ ਰਹੇ ਬਾਹਰ ਪੰਜਾਬੀਆਂ ਦੀ ਖਾਤਰ ਤੇ ਲੜੇ ਨੇ ਔਰ ਲੜੇ ਕਿਹਨਾਂ ਦੀ ਖਾਤਰ ਨੇ ਉਹ ਪੰਜਾਬੀਆਂ ਦੇ ਹੱਕ ਸਕਦ ਸੱਚ ਨੇ ਤੇ ਲੜੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਵਾਲ ਵੀ ਕੀਤੇ ਗਏ ਤੇ ਵਿੱਚੋਂ ਉਹਨਾਂ ਨੂੰ ਕਹਿ ਗਏ ਕਿ ਨਹੀਂ ਆ ਝੂਠ ਬੋਲਦਾ ਹੈ ਗਲਤ ਕਹਿੰਦਾ ਪਿਆ ਹਜੇ ਕਿ ਉਹ ਹੱਕ ਸੱਚ ਤੇ ਸੀ ਪਰ ਲੋਕਾਂ ਨੇ ਜਦੋਂ ਇਹਨਾਂ ਨੂੰ ਹਰ ਬੰਦੇ ਨੂੰ ਇਹੀ ਪਤਾ ਹੈ ਪਰ ਉਹਨਾਂ ਨੂੰ ਜਦੋਂ ਪਿੱਛੋਂ ਗਲਤ ਸਾਬਤ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ ਹਜੇ ਤੱਕ ਕਰਦੇ ਨੇ ਕਿ ਇਹ ਗਲਤ ਨੇ ਪਰ ਪੰਜਾਬੀਆਂ ਨੂੰ ਤਾਂ ਪਤਾ ਹੈ ਨਾ ਕਿ ਯਾਰ ਸਾਡਾ ਲੀਡਰ ਰਿਹਾ ਹੈ ਸਾਡੇ ਸਾਡੇ ਹੱਕ ਲਈ ਲੜਿਆ ਹੈ ਤੇ ਸਾਡੇ ਦਿਲਾਂ ਦੇ ਵਿੱਚ ਇਹਨੇ ਜ਼ਿੰਦਾ ਹੀ ਰਹਿਣਾ ਸਾਰੀ ਜ਼ਿੰਦਗੀ ਹਾਂਜੀ ਬਿਲਕੁਲ ਇਦਾਂ ਹੀ ਹੈ ਤੇ ਬਾਕੀ ਮੈਡਮ ਜੀ ਤੁਸੀਂ ਕਿਦਾਂ ਲੱਗੀ ਸਪੀਚ ਤੁਹਾਨੂੰ ਅੱਛੀ ਸਪੀਚ ਸੀ ਕਾਫੀ ਅੱਛੇ ਕੁਐਸਚਨ ਕਿ ਸਭ ਤੋਂ ਪਹਿਲਾਂ ਤਾਂ ਉਹਨੇ ਕੁਐਸਚਨ ਜਿਹੜਾ ਕੀਤਾ ਕਿ ਹਾਂਜੀ ਤੇ ਬਾਕੀ ਇਹ ਹੈ ਕਿ ਉਹ ਥੋੜਾ ਜਿਹਾ 뮤직 ਉਹਨਾਂ ਨੇ ਪਿੱਛੇ ਜਿਹੜਾ ਐਡ ਕੀਤਾ ਸੀ ਨਾ ਉਹਦੀ ਆਵਾਜ਼ ਥੋੜੀ ਜਿਹੀ ਤੇਜ਼ ਆ ਰਹੀ ਸੀ ਵੈਸੇ ਉਹ ਥੋੜੀ ਜਿਹੀ ਨਾਮ ਹੀ ਹੁੰਦੀ ਤੇ ਉਹਨਾਂ ਦੀ ਆਵਾਜ਼ ਵੈਸੇ ਹੀ ਬੜੀ ਦਮਦਾਰ ਹੈ ਤੇ ਵਧੀਆ ਪਤਾ ਲੱਗਦਾ ਹੈ ਕਿ ਉਹ ਕੀ ਕਹਿ ਰਹੇ ਨੇ ਬਾਕੀ ਸਪੀਚ ਜਿਹੜੀ ਹੈ ਅਸੀਂ ਸੁਣ ਲਈ ਹੈ ਤੇ ਇਹਦੇ ਇਲਾਵਾ ਹੋਰ ਵੀ ਸਾਨੂੰ ਇਹਨਾਂ ਦੀਆਂ ਢੇਰੋਂ ਸਪੀਚਾਂ ਨੇ ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ ਮੇਰਾ ਇੰਸਟਾਗ੍ਰਾਮ ਸਮਝ ਲਓ ਭਰਿਆ ਪਿਆ ਵੀਰ ਇਹਨੀਆਂ ਕੁ ਰਿਕੁਐਸਟਾਂ ਇਹਨਾਂ ਦੀਆਂ ਪਾਉਂਦੇ ਨੇ ਕਿ ਇਹਨਾਂ ਦੀਆਂ ਵੀਡੀਓ ਤੁਸੀਂ ਵੇਖੋ ਬਾਕੀ ਇਹ ਹੈ ਕਿ ਇਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਐਕਚੁਅਲੀ ਵਾਟ ਹੈਪਨਡ ਉਦੋਂ ਹੋਇਆ ਕੀ ਸੀ ਕੀ ਹੋਇਆ ਸੀ ਉਹਦੀ ਹਿਸਟਰੀ ਕੀ ਸੀ ਬਾਕੀ ਨੈਕਸਟ ਕੀ ਵੇਖਿਆ ਜਾਵੇ ਵੀਰੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਮਿਲਦੇ ਹਾਂ ਹੁਣ ਅਗਲੇ ਵੀਡੀਓ ਵਿੱਚ ਰੱਖਿਓ ਆਪਣਾ ਬਹੁਤ ਸਾਰਾ ਖਿਆਲ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਵੀ ਸਾਨੂੰ ਵੀ ਅਤੇ ਸਾਡੇ ਵੇਖਣ ਵਾਲੇ ਜਿੰਨੇ ਵੀ ਵੀਰ ਨੇ ਭੈਣਾਂ ਨੇ ਭਰਾ ਨੇ ਉਹਨਾਂ ਦਾ ਥੈਂਕ ਯੂ ਸ਼ੁਕਰੀਆ ਧੰਨਵਾਦ ਕਿ ਤੁਸੀਂ ਸਾਡੀ ਵੀਡੀਓ ਨੂੰ ਵੇਖਣ ਡਏ ਹੋ ਸ਼ੇਅਰ ਕਰਨ ਡਏ ਹੋ ਅਤੇ ਸਾਡੇ ਚੈਨਲ ਨੂੰ ਜਿਹੜਾ ਪ੍ਰਮੋਟ ਕਰਨ ਡਏ ਹੋ ਬਹੁਤ ਸਾਰੇ ਵੀਰ ਸਾਡੀਆਂ ਇਹੋ ਜਿਹੀਆਂ ਫੈਮਿਲੀਆਂ ਇਹੋ ਜਿਹੇ ਉੱਧਰ ਤਾਲੁਕਾਤ ਜਿਹੜੇ ਨੇ ਚੜ੍ਹਦੇ ਪੰਜਾਬ ਵਿੱਚ ਬਣਨ ਡਏ ਨੇ ਇਸ ਚੈਨਲ ਦੇ ਸੋਰਸ ਨਾਲ ਅਤੇ ਸਾਡੀ ਫੈਮਿਲੀ ਜਿਹੜੀ ਉਹ ਗਰੋ ਵੀ ਹੋ ਰਹੀ ਹੈ ਅਤੇ ਚੰਗਾ ਲੱਗਦਾ ਸੋਹਣਾ ਲੱਗਦਾ ਜਦੋਂ ਵੀਰ ਸਾਡੇ ਨਾਲ ਜੁੜਦੇ ਨੇ ਨਵੇਂ ਸਬਸਕ੍ਰਾਈਬਰ ਆਉਂਦੇ ਨੇ ਨਵੇਂ ਵੀਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਅਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਸਾਡੀ ਫੈਮਿਲੀ ਜਿਹੜੀ ਉਹ ਵੱਧਦੀ ਪਈ ਹੈ ਅਤੇ ਇਨਸ਼ਾਅੱਲਾ ਇੱਕ ਦਿਨ ਆਪਾਂ ਵੇਖਾਂਗੇ ਕਿ ਆਪਣੀ ਫੈਮਿਲੀ ਜਿਹੜੀ ਉਹ ਮਿਲੀਅਨ 'ਚ ਹੋਵੇਗੀ ਇਨਸ਼ਾਅੱਲਾ ਇਨਸ਼ਾਅੱਲਾ ਆਪਣਾ ਜੋ ਮੇਨ ਮਕਸਦ ਸੀ ਆਪਣਾ ਮੇਨ ਮਕਸਦ ਪੂਰਾ ਹੋ ਰਿਹਾ ਕਿ ਯਾਰ ਅਸੀਂ ਆਪਣੀ ਫੈਮਿਲੀ ਵਧਾ ਰਹੇ ਹਾਂ ਅਤੇ ਉਹ ਇਨਸ਼ਾਅੱਲਾ ਸਾਡੀ ਵਧੇਗੀ ਤਾਂ ਬਹੁਤ ਜ਼ਿਆਦਾ ਵੱਧ ਵੀ ਰਹੀ ਹੈ ਬੰਦੇ ਨੂੰ ਨਜ਼ਰ ਆ ਜਾਂਦਾ ਕਿ ਯਾਰ ਸਾਨੂੰ ਉਧਰੋਂ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਯਾਰ ਇੰਨੀ ਹਜੇ ਕਿ ਅਸੀਂ ਇੰਨੇ ਕਾਬਲ ਨਹੀਂ ਸੀ ਕਿ ਜਿੰਨਾ ਜ਼ਿਆਦਾ ਸਾਨੂੰ ਉਧਰੋਂ ਯਾਰ ਪਿਆਰ ਮਿਲਦਾ ਪਿਆ ਨਹੀਂ ਤੂੰ ਤਾਂ ਕਾਬਲ ਨਹੀਂ ਸੀ ਹੈ ਨਾ ਤੇ ਯਾਰ ਇੱਕ ਮੁਹਾਵਰਾ ਆ ਗਿਆ ਯਾਰ ਕਰਨ ਆ ਮੈਂ ਬਾਕੀ ਅਗਲੀ ਵੀਡੀਓ ਵੀ ਮਿਲਦੇ ਆ ਜੀ ਰੱਖਿਓ ਆਪਣਾ ਖਿਆਲ ਗੁੱਡ ਬਾਏ ਤੇ ਅੱਲਾ ਅੱਲਾ ਹਾਫਿਜ਼